ਮੱਕੇ ਦੇ ਵਿੱਚ ਇੰਡੀਆ ਦੇ ਵਿੱਚ ਇੱਕ ਰਤਨ ਹਿੰਦੀ ਆਕਾ ਕਰੀਮ ਦੇ ਸਾਹਬੀ ਰਸੂਲ ਗੁਜ਼ਰੇ ਨੇ, ਰਹਿੰਦੇ ਇੰਡੀਆ ਵਿੱਚ ਸਨ ਅਤੇ ਸਾਹਬੀ ਰਸੂਲ ਹੋਏ ਔਰ ਉਹਨਾਂ ਦੀ ਉਮਰ 700 ਸਾਲ ਦੀ ਹੋਈ। ਇੱਕ ਵਾਰੀ ਕਹਿ ਦਿਓ ਜ਼ਰਾ ਸੁਭਾਨ ਅੱਲਾਹ, ਅੱਲਾਹ ਕਰੇ ਉਹਦੀ ਉਮਰ ਵੀ ਜ਼ਿਆਦਾ ਹੋ ਜਾਏ ਜਿਹੜਾ ਨਬੀ ਦਾ ਨੌਕਰ ਬਣ ਕੇ ਬੋਲੇ। ਸੁਭਾਨ ਅੱਲਾਹ, ਉੱਚੀ ਆਵਾਜ਼। ਉਮਰ 700 ਸਾਲ ਕਿਵੇਂ ਜ਼ਿਆਦਾ ਹੋ ਗਈ, ਉਹਦੀ ਵਜ੍ਹਾ ਕੀ ਬਣੀ? ਰਤਨ ਹਿੰਦੀ ਤਜਾਰਤ ਕਰਦੇ ਸਨ, ਸ਼ਾਮ ਜਾਣਾ, ਸ਼ਾਮ ਤੋਂ ਮੱਕੇ ਫਿਰ ਇੰਡੀਆ ਆ ਜਾਣਾ। ਸ਼ਾਮ ਤੋਂ ਮੱਕੇ ਗਏ ਤੇ ਦੇਖਿਆ ਕਿ ਬਾਰਿਸ਼ ਹੋ ਰਹੀ ਏ, ਇੱਕ ਚੰਨ ਤੋਂ ਸੋਹਣਾ ਬੱਚਾ ਏ ਬੱਕਰੀਆਂ ਚਰਾ ਰਿਹਾ। ਜਿਹੜਾ ਬੰਦਾ ਜ਼ਿੰਦਾ ਹੈ ਤੇ ਨਬੀ ਨੂੰ ਜ਼ਿੰਦਾ ਮੰਨ ਕੇ ਬੈਠਾ ਏ, ਉਹ ਕਵੇ ਸੁਭਾਨ ਅੱਲਾਹ, ਪਤਾ ਲਵੇ ਮੈਂ ਚੰਨ ਨਾਲੋਂ ਸੋਹਣਾ ਬੱਚਾ ਏ ਤੇ ਬੱਕਰੀਆਂ ਚਰਾ ਰਿਹਾ ਏ। ਬੱਕਰੀਆਂ ਖਾਲਾ ਕਰਾਸ ਕਰ ਗਈਆਂ ਪਰ ਉਸ ਬੱਚੇ ਕੋਲੋਂ ਖਾਲਾ ਕਰਾਸ ਨਾ ਹੋ ਰਿਹਾ। ਰਤਨ ਹਿੰਦੀ ਨੇ ਸੋਚਿਆ ਬੱਚਾ ਚਾਹੁੰਦਾ ਤੇ ਹੈ, ਖਾਲਾ ਕਰਾਸ ਕਰਾਂ ਪਰ ਜਾਂਦਾ ਹੁੰਦਾ ਨਹੀਂ, ਮੈਂ ਉਹਨੂੰ ਉਠਾ ਕੇ ਖਾਲਾ ਪਾਰ ਕਰਵਾ ਦੇਵਾਂ ਤਾਂ ਕਿ ਬੱਚਾ ਬੱਕਰੀਆਂ ਦੇ ਨਾਲ ਚਲਾ ਜਾਏ। ਰਤਨ ਹਿੰਦੀ ਕਰੀਬ ਗਏ, ਉਸ ਬੱਚੇ ਨੂੰ ਉਠਾ ਕੇ ਖਾਲਾ ਪਾਰ ਕਰਵਾ ਦਿੱਤਾ ਤੇ ਉਹ ਬੱਚਾ ਜਿਹੜਾ ਮਾਸੂਮ ਚੰਨ ਨਾਲੋਂ ਸੋਹਣੇ ਚਿਹਰੇ ਵਾਲਾ, ਰਤਨ ਹਿੰਦੀ ਵੱਲ ਵੇਖ ਕੇ ਫਰਮਾਣ ਲੱਗਿਆ, ਜਾਂ ਤੇਰੀ ਉਮਰ ਜ਼ਿਆਦਾ ਹੋਵੇ, ਜਾਂ ਤੇਰੀ ਉਮਰ ਜ਼ਿਆਦਾ ਹੋਵੇ, 7 ਵਾਰੀ ਕਹਿ ਦਿੱਤਾ। ਤੇ ਰਤਨ ਹਿੰਦੀ ਦਿਲ 'ਚ ਸੋਚਣ ਲੱਗ ਪਏ, ਹੈ ਬੱਚਾ ਪਰ ਦੁਆਵਾਂ ਇੰਜ ਦੇ ਰਿਹਾ ਜਿਵੇਂ ਕੋਈ ਨਬੀ ਦਿੰਦਾ ਹੈ। ਮਸ਼ਰਾ ਕਰ ਲਓ ਤੁਸੀਂ, ਸੁਭਾਨ ਅੱਲਾਹ, ਕਹਿਣਾ ਬਣਦਾ ਕਿ ਨਹੀਂ ਬਣਦਾ? ਵਾਪਸ ਆ ਗਏ ਇੰਡੀਆ, 40 ਸਾਲ ਬਾਅਦ ਦੇਖਿਆ ਕਿ ਚੰਨ ਆਸਮਾਨ 'ਤੇ ਛੱਤ 'ਤੇ ਲੇਟੇ ਨੇ, ਆਸਮਾਨ 'ਤੇ ਚੰਨ ਟੁੱਟਿਆ ਅਤੇ ਜੁੜ ਗਿਆ। ਰਤਨ ਹਿੰਦੀ ਹੈਰਾਨ ਏ, ਪਰੇਸ਼ਾਨ ਏ ਕਿ ਚੰਦ ਨੂੰ ਅੱਜ ਬੇਚੈਨੀ ਕਿਉਂ ਏ, ਟੁੱਟਿਆ ਵੀ ਏ ਤੇ ਜੁੜਿਆ ਵੀ ਏ। ਦਿਲ 'ਚ ਤਜੱਸਸ ਪੈਦਾ ਹੋਇਆ, ਇਹ ਮੌਜਜ਼ਾ ਕਿਸੇ ਨੇ ਵਿਖਾਇਆ ਏ। ਪਤਾ ਕਰਦੇ ਕਰਦੇ ਪਤਾ ਚੱਲਿਆ ਕਿ ਮੱਕੇ ਵਿੱਚ ਇੱਕ ਨਬੀ ਦਾ, ਅੱਲਾਹ ਦਾ ਯਾਰ ਆਇਆ ਏ, ਉਹਨੇ ਨਬੂਵਤ ਦਾ ਦਾਅਵਾ ਕੀਤਾ ਏ, ਇਹ ਮੌਜਜ਼ਾ ਚੰਨ ਤੋੜਨ ਦਾ ਲਾ ਉਹਨਾਂ ਨੇ ਦਿਖਾਇਆ ਏ। ਜਿਹੜਾ ਬੋਲੇਗਾ ਨਾ, ਖੁਦਾ ਦੀ ਕਸਮ, ਉਹਦਾ ਬਖਤ ਮਦੀਨੇ ਨਾ ਬੋਲੇ ਜਾ ਕੇ ਤੇ ਮੈਨੂੰ ਗਿਲਾ ਕਰਨਾ। ਸਲਾਮਤ ਰਹੋ ਰਸੂਲ ਅੱਲਾ। ਰਤਨ ਹਿੰਦੀ ਮੱਕੇ ਵੱਲ ਟੁਰ ਪਏ, ਮੱਕੇ ਵੱਲ ਟੁਰ ਪਏ, ਵੇਖਿਆ ਕਿ ਹਜ਼ੂਰ ਆਪਣੇ ਯਾਰਾਂ ਦੇ ਵਿੱਚ ਬੈਠੇ ਨੇ ਸਜਾ ਕੇ ਮਹਿਫਿਲ। ਇੱਕ ਵਾਰੀ ਕਹੋ ਸੁਭਾਨ ਅੱਲਾਹ, ਅੱਲਾਹ ਤੁਹਾਡੇ ਯਾਰ ਵੀ ਸਲਾਮਤ ਰਹਿਣ। ਸਲਾਮ ਕਿਆ ਬਾਤ, ਵਸਲਾਮ ਅਲੈਕਾ ਯਾ ਨਬੀ ਅੱਲਾ। ਸਹਾਬਾ ਸਾਹਮਣੇ ਨੇ, ਹਜ਼ੂਰ ਮਿੰਬਰ ਤੇ ਨੇ, ਸਹਾਬਾ ਹਜ਼ੂਰ ਦਾ ਚਿਹਰਾ ਤੱਕਦੇ ਨੇ ਤੇ ਇਹੀ ਗੱਲ ਕਹਿੰਦੇ ਨੇ, ਅਸਲਾਤ ਵਸਲਾਮ ਅਲੈਕਾ ਯਾ ਰਸੂਲ ਅੱਲਾ। ਜਿਹਦੀ ਚਾਦਰ ਆਪਣੀ ਹੈ, ਚਾਦਰ ਚੋਂ ਹੱਥ ਬਾਹਰ ਕੱਢ ਕੇ ਕਵੇ, ਹੱਥ ਬਾਹਰ ਕੱਢ ਕੇ ਕਵੇ, ਅਸਲਾਤ ਵਸਲਾਮ ਅਲੈਕਾ ਯਾ ਸਲਾਮ ਜੀ। ਬਿਸਮਿਲਲਾ ਰਸੂਲ ਅੱਲਾ। ਰਤਨ ਹਿੰਦੀ ਬੈਠ ਗਏ, ਹਜ਼ੂਰ ਦਾ ਚਿਹਰਾ ਤੱਕਣ ਲੱਗ ਪਏ। ਅਰਜ਼ ਕੀਤੀ, ਸਰਕਾਰ ਮੈਨੂੰ ਪਤਾ ਲੱਗਿਆ ਤੁਸੀਂ ਨਬੂਵਤ ਦਾ ਦਾਅਵਾ ਕੀਤਾ ਹੈ, ਮੈਂ ਇੰਡੀਆ ਤੋਂ ਚੱਲ ਕੇ ਆਇਆ ਹਿੰਦੁਸਤਾਨ ਤੋਂ, ਤੁਹਾਡੇ ਉੱਤੇ ਇਮਾਨ ਲੈ ਕੇ ਆਵਾਂਗਾ, ਮੈਨੂੰ ਕੋਈ ਮੌਜਜ਼ਾ ਦਿਖਾ ਦਿਓ, ਮੈਨੂੰ ਕੋਈ ਮੌਜਜ਼ਾ ਦਿਖਾ ਦਿਓ ਤੇ ਮੇਰੇ ਹਜ਼ੂਰ ਕਰੀਮਾ ਕਾ ਚਿਹਰਾ ਤੱਕ ਕੇ ਨਾ। ਰਤਨ ਹਿੰਦੀ ਦਾ ਫਰਮਾਨ ਲੱਗੇ, ਮੌਜਜ਼ਾ ਵੇਖ ਕੇ ਮੁਸਲਮਾਨ ਹੋਣਾ ਹੈ? ਨਹੀਂ ਹਜ਼ੂਰ, ਮੌਜਜ਼ਾ ਵੇਖ ਕੇ ਨਹੀਂ, ਲੇਕਿਨ ਮੈਂ ਚਾਹੁੰਦਾ ਮੈਂ ਇਮਾਨ ਦਾਖਲ ਇਮਾਨ 'ਚ ਹੋਵਾਂ ਅਤੇ ਮੈਂ ਤੁਹਾਡਾ, ਤੁਸੀਂ ਨਬੀ ਹੋਣ ਦਾ ਦਾਅਵਾ ਕੀਤਾ ਹੈ। ਆਪ ਫਰਮਾਨ ਲੱਗੇ, ਰਤਨ ਹਿੰਦੀ ਅੱਜ ਤੋਂ 40 ਸਾਲ ਪਹਿਲੇ ਉਸ ਬੱਚੇ ਨੂੰ ਜਦੋਂ ਖਾਲਾ ਪਾਰ ਕਰਵਾਇਆ ਸੀ ਤੇ ਉਹਨੇ ਦੁਆ ਦਿੱਤੀ ਸੀ ਨਾ, ਜਾਂ ਤੇਰੀ ਉਮਰ ਜ਼ਿਆਦਾ ਹੋਵੇ, ਉਹ ਮੌਜਜ਼ਾ ਘੱਟ ਨਹੀਂ, ਤੇਰੀ 700 ਸਾਲ ਉਮਰ ਹੋਣੀ। ਚੁੱਕ ਕੇ ਬੋਲੋ ਯਾ ਰਸੂਲ ਅੱਲਾ,
رسول اللہ یا رسول اللہ رسول اللہ یاروں کو ملا ہے تو مقدر سے ملا ہے مجھ کو رسول اللہ یا رسول اللہ بابا جی حضرت میں اپنا نام کہنا تو تسی نہ بولو تو گل بنتی ہے کئی نو اختلاف ہو سکتا قادری صاحب تہاڈا نام کیوں لئیے ایم پی ایم این اے دی گل کراں تے تہاڈا نام بن سکدا ہے کہ یار اے ساڈی کمپنی دا نہیں ساڈی پارٹی دا نہیں نہ لو گل بڑھدی اے اے زبان وی ملی ہے مدینے والے دا صدقہ اے ہاتھ وی ملے نے حضور دا صدقہ اے جان وی ملی ہے سرکار دا صدقہ جے بندہ سرکار دا صدقہ کھا کے بھی یار رسول اللہ نہ بولے پھر محفل چ لائٹاں ویکھن آیا ہے منان نہیں آیا ہاتھ او چک کے کہے یار رسول اللہ جڑا کملی والے نوں منان آیا جیو بھائی جیو سیدی یا رسول اللہ حاجی رضا کوندل صاحب میں آپ کو گزارش کرا گا کہ آپ سٹیج سے تشریف لے آن تاکہ مہمان مائک تے آ گئے نے میں جلدی جلدی مہمانوں کو مائک دینا ہے تو کوشش کرو حاجی رضا کوندل صاحب بھی وہ بھی سٹیج سٹیج سے تشریف لے آن حاجی صاحب آ جاؤ یا رسول اللہ 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 اے زبان کتیاں دی لڑائی چ بول سکدی اے کچہری چ جھوٹیاں گواہیاں واسطے بول سکدی اے کرکٹ دے میچ تے گلاں کر دیے اے زبان تے زہرا دے بابے دا نام نہیں آ سکدا ہاتھ چک کے بول یا رسول اللہ بول اللہ یا رسول اللہ اونج پا لیو میں ایک بولے یا رسول اللہ تیرا گاوا میں تیرے گیت گاوا یا رسول اللہ تیرا گاوا میں تیرے گیت گاوا یا رسول اللہ تیرا گاوا میں تیرے گیت گاوا یا رسول اللہ تیرا بھی ناد میں گونا تیرا بھی ناد میں گونا مناوا یا رسول اللہ یا رسول اللہ سنی ماں دا پتر ہاتھ چک کے کہے یا رسول اللہ جنوں ماں دی گود وچوں نبی دی محبت ملی ہے کو کو یا رسول اللہ کچھ پا دیو ایک بار رسول اللہ یا رسول اللہ یا رسول اللہ قادر گوندل صاحب بیٹا پال جدا جبریل امین دے 600 پر نے 300 سجے پاسے پاسے چلو مشورہ کر لو سبحان اللہ کہنا کہ نہیں کہنا میں سائی والوں انے گھنٹے دا سفر ایویں نہیں کر کے آیا جڑا کرو قسم کھا کے آیا کہ میں نہیں بولنا میں بلا لینا ہے میں کسے بندے دی تعریف نہیں کرتا میں زہرا دے بابے دا ذکر کرنا آیا تے کوشش کرو اے زبان تے سرکار دا نام آ جائے اے زبان وڈی زبان کائنات چ کوئی ہو سکدی ہے جن دے لمحہ تے نبی دا ذکر ہوے کوشش کرو ذرا ہلاؤ جسم نو بھی تے زبان نو بھی پتہ نہیں کیندی نوکری قبول ہو جائے اوندے صدقے نہ ساڈا بیڑا پار ہو جائے 600 پر نے گل سنو پھر مزہ لینا پھر کہنا میرے ویران مل کے
600 پرنے جبریل دے 300 سجے پاسے 300 خبے پاسے جبریل امین دا سر مبارک پہلے آسمان تے لگ دے تے پیر پہلی زمین تے لگ دے میرے حضور فرما لگے جبریل سارے نبی ویکھے حضرت آدم تو لے کے میں محمد تک کوئی میرے ورگا نبی ویکھے ہی بچہ سیاڑا نکلیا کہندا نہیں جبریل نے تے بعد چوں جواب دینا بچے نے پہلے ہی دے دیتا ہے جبریل امین آپ دا چہرہ تک کے فرمان لگے آقا تواڈے ورگا سونا نبی اج تک کسے ماں نے جڑیا ہی نہیں ہے پھر بھی نہیں بولے گا یا رسول اللہ تے پھر پتہ نہیں کی کہے گا یا رسول اللہ یا رسول اللہ یا رسول اللہ یا رسول اللہ بیس نو کٹ کرو بیس نو کٹ کرو تے ہائی اس نو کھول دیو ذرا رسول اللہ تھوڑا جہا شارب کر دو تھوڑی جی ہائس ودا کے ڈلے ودا دیو تسی کو یا رسول اللہ یا رسول اللہ میں کچھ بھی نہیں جے تیرے نال میری کوئی نسبت نہیں میں کچھ بھی نہیں جے تیرے نال میری کوئی نسبت نہیں میں کچھ بھی نہیں جے تیرے نال میری کوئی نسبت نہیں میں سب کچھ حاج میں تیرا میں سب کچھ حاج میں تیرا میں سب کچھ حاج میں تیرا صدا یا رسول یا رسول اللہ یا رسول اللہ میرا وعدہ جنوری وچ مدینہ پاک جا رہے ہیں جدو سرکار دے روزے دے سامنے جاواں گا نا تے میرا تواڈے نال وعدہ اینا سارے غلاماں دا سلام مدینے والے نو دواں گا جڑا اس محفل چ بیٹھ کے کہہ رہے ہیں یا رسول اللہ ایک واری کہہ دیو ایک واری کہہ دیو یا رسول اللہ یا رسول اللہ تاجدار ختم نبوت دی گل کر رہے سی میں ایک جملہ دینا ہے 124,000 کم و بیش نبی آئے پیغام دیندے گئے کہ سارے نبیاں دا سردار آ رہا ہے سارے نبیاں دا سردار آ رہا ہے ہر آنے جانے والا تجھے دیکھتا رہا ہر آنے جانے والا تجھے دیکھتا رہا اور تیرا بنانے والا تجھے دیکھتا رہا یا رسول اللہ یا رسول اللہ اونج پا دیو بھی اللہ دے گھر وچ یا رسول اللہ یا رسول اللہ مجھے یقین ہے ہم پل صراط سے گزر جائیں گے یہ کہہ کر یا رسول اللہ یا رسول اللہ یا رسول اللہ اجپال جدا رکھوالا ہے ان کون مٹا من ہے رجپال جدا رکھوالا ہے ان کون مٹا من والا ہے ساڈی اس سونے نال لگ گئی ہے ساڈی اس سونے نال لگ گئی ہے جڑا توڑ نبھاون والا ہے پیر میرا علی شاہ صاحب نے جنہاں نے یا رسول اللہ کیا ہے سرکار نے انہاں دی کنڈ خالی ہون نہیں دتی پیر میرے علی شاہ صاحب نے فتویٰ دیتا قادیانی کافر نے انگریزاں نے 302 دا پرچہ کروا دیتا کہ پیر صاحب ڈر جان گے پیر صاحب ڈر جان گے لبائی یا رسول اللہ پیر صاحب ڈر جان گے تے فتویٰ واپس لے لین گے او کیوں ڈرے جنہیں باواں حضور نو پھڑائیاں ہون مرید پریشان نے پر پیر نہیں شام دا ویلا ہویا پیر میرے علی شاہ صاحب نے سارے نو اکٹھا کیتا فرمان لگے بیلیو پریشان کیوں حضور تواڈے تے 302 دا پرچا ہو گیا ہے فرمان لگے کیڑی گل ہے
ਹੁਣ ਮੈਂ ਵੇਖਣਾ ਕਿਹੜਾ ਕਿਹੜਾ ਤਾਜਦਾਰੇ ਖਤਮੇ ਨਬੂਵਤ ਇਮਾਨ ਰੱਖਣ ਵਾਲਾ ਜ਼ੌਕ ਦਾ ਇਜ਼ਹਾਰ ਕਰੇਗਾ। ਫਰਮਾਣਗੇ ਕਿਹੜੀ ਗੱਲ ਹੈ, ਜੱਜ ਨੇ ਮੈਨੂੰ ਪੁੱਛਣਾ ਹੈ ਇਹਨੂੰ ਕਤਲ ਤੂੰ ਕੀਤਾ ਹੈ, ਮੈਂ ਕਵਾਂਗਾ ਨਹੀਂ, ਉਹ ਕਵੇਗਾ ਗਵਾਹ ਲਿਆਓ। ਮੈਂ ਮੁਰਦੇ ਨੂੰ ਕਹਾਂਗਾ ਉੱਠ ਕੇ ਦੱਸ ਤੈਨੂੰ ਮੈਂ ਮਾਰਿਆ ਜਾਂ ਕਿਸੇ ਹੋਰ ਨੇ ਮਾਰਿਆ, ਹੁਣ ਨਹੀਂ ਬੋਲੇਗਾ ਯਾਰ ਯਾਰ। ਮੌਲਾ ਜਿਹੜਾ ਨਬੀ ਦੀ ਇੱਜ਼ਤ ਵਾਸਤੇ ਹੱਥ ਉੱਠੇ ਉਹਦੇ ਹੱਥ ਨੂੰ ਦੁਨੀਆ ਦਾ ਮੁਹਤਾਜ ਨਾ ਰਹਿਣ ਦੇਈ, ਜਿਹੜਾ ਹੱਥ ਚੁੱਕ ਕੇ ਬੋਲੇ ਯਾ ਰਸੂਲ ਅੱਲਾ 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 ਤੇਰਾ ਖਾਵਾਂ ਮੈਂ ਤੇਰੇ ਗੀਤ ਗਾਵਾਂ ਯਾ ਰਸੂਲ ਅੱਲਾ ਤੇਰਾ ਖਾਵਾਂ ਮੈਂ ਤੇਰੇ ਗੀਤ ਗਾਵਾਂ ਯਾ ਰਸੂਲ ਅੱਲਾ ਤੇਰਾ ਮੀਲਾਦ ਮੈਂ ਕਿਉਂ ਨਾ ਤੇਰਾ ਮੀਲਾਦ ਮੈਂ ਕਿਉਂ ਨਾ ਓ ਤੇਰਾ ਮੀਲਾਦ ਮੈਂ ਕਿਉਂ ਨਾ ਮਨਾਵਾ ਯਾ ਰਸੂਲ ਅੱਲਾ ਯਾ ਰਸੂਲ ਚੁੱਪ ਕਰਨਗੇ ਮੈਂ ਵੀ ਚੁੱਪ ਕਰਾਂਗਾ, ਮੈਂ ਵੇਖਣਾ ਗੁਜਰਾਤ ਵਾਲੇ ਕਿਵੇਂ ਕਹਿੰਦੇ ਨੇ ਯਾ ਰਸੂਲ ਯਾ ਰਸੂਲ ਅੱਲਾ ਕਰੇ ਉਹਦੇ ਨਜ਼ਦੀਕ ਕਦੀ ਦੁੱਖ ਨਾ ਆਵੇ ਜਿਹੜਾ ਕਵੇ ਯਾ ਰਸੂਲ ਅੱਲਾ। ਬਹੁਤ ਸ਼ੁਕਰੀਆ ਯਾ ਰਸੂਲ ਅੱਲਾ।